ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿੱਚ ਜਮਦੂਤਾਂ ਅਤੇ ਭੂਤ ਪ੍ਰੇਤਾਂ ਦੀ ਹੋਂਦ ਬਾਰੇ ਅਨੇਕ ਪ੍ਰਮਾਣ ਹਨ ਅਤੇ ਸ਼ਰਧਾਵਾਨ ਸਿੱਖ ਲਈ ਤਾਂ ਗੁਰਬਾਣੀ ਦਾ ਇੱਕ ਪ੍ਰਮਾਣ ਹੀ ਬਹੁਤ ਹੁੰਦਾ ਹੈ। ਸ਼ੰਕਾਵਾਦੀਆਂ ਦੇ ਪ੍ਰਭਾਵ ਹੇਠ ਆ ਕੇ ਅੱਜ ਕੱਲ੍ਹ ਦਾ ਮਨੁੱਖ ਬਹੁਤ ਤਰਕਵਾਦੀ ਹੋ ਗਿਆ ਹੈ ਅਤੇ ਗੁਰਮਤ ਦੇ ਲਗਭਗ ਹਰ ਸਿਧਾਂਤ 'ਤੇ ਸ਼ੰਕਾ ਕਰਦਾ ਹੈ। ਜਮਦੂਤਾਂ ਦੀ ਹੋਂਦ ਬਾਰੇ ਪਹਿਲਾਂ ਵੀ ਅਸੀਂ ਕਈ ਵੀਡੀਓਜ਼ ਆਪ ਜੀ ਨਾਲ ਸਾਂਝੀਆਂ ਕਰ ਚੁੱਕੇ ਹਾਂ। ਅੱਜ ਦੀ ਵੀਡੀਓ ਗੁਰਮੁਖ ਪਿਆਰੇ ਭਾਈ ਸਾਹਿਬ ਰਣਧੀਰ ਸਿੰਘ ਜੀ ਦੀ ਪੁਸਤਕ ਅਣਡਿੱਠੀ ਦੁਨੀਆ ਵਿੱਚੋਂ ਉਹਨਾਂ ਦੀ ਇੱਕ ਹੱਡ ਬੀਤੀ ਘਟਨਾ ਬਾਰੇ ਹੈ। ਇਹ ਘਟਨਾ ਭਾਈ ਸਾਹਿਬ ਨਾਲ ਹਜ਼ਾਰੀ ਬਾਗ ਜੇਲ੍ਹ ਵਿੱਚ ਵਾਪਰੀ ਸੀ ਅਤੇ ਇਸ ਬਾਰੇ ਸੁਣ ਕੇ ਗੁਰਸਿੱਖਾਂ ਦੇ ਮਨਾਂ ਵਿੱਚੋਂ ਸ਼ੰਕੇ ਦੂਰ ਹੋ ਜਾਣਗੇ। ਹੁਣ ਸੁਣੋ ਜੀ ਭਾਈ ਸਾਹਿਬ ਜੀ ਦੀ ਜ਼ੁਬਾਨੀ ਇਹ ਘਟਨਾ। ਜਮਤਰਾਸ ਅੱਖੀਂ ਦੇਖੇ ਦੀ ਦੂਜੀ ਉਦਾਹਰਣ ਇਉਂ ਹੈ ਕਿ ਜਦੋਂ ਅਸੀਂ ਹਜ਼ਾਰੀ ਬਾਗ ਜੇਲ੍ਹ ਵਿੱਚ ਆਪਣੀ ਜੇਲ੍ਹ ਯਾਤਰਾ ਬਤੀਤ ਕਰ ਰਹੇ ਸਾਂ, ਸਾਡੇ ਨਾਲ ਦੇ 40 ਜੇਲ੍ਹ ਯਾਤਰੂਆਂ ਸਿੱਖ ਸੱਜਣਾਂ ਵਿੱਚੋਂ ਇੱਕ ਕੇਹਰ ਸਿੰਘ ਨਾਮੇ ਸੱਜਣ PC ਜੋ ਲੁਧਿਆਣੇ ਦੇ ਜ਼ਿਲ੍ਹੇ ਵਿੱਚੋਂ ਪਿੰਡ ਸਾਹਨੇਵਾਲ ਦੇ ਰਹਿਣ ਵਾਲਾ ਸੀ। ਇਹ ਕੇਹਰ ਸਿੰਘ ਸਿੱਖਾਂ ਦੇ ਘਰਾਣੇ ਵਿੱਚ ਜ਼ਿਮੀਂਦਾਰਾਂ ਦੇ ਘਰ ਜਨਮਿਆ ਸੀ, ਪਰ ਆਰੀਆ ਸਕੂਲ ਲੁਧਿਆਣੇ ਵਿੱਚ ਤਾਲੀਮ ਪਾਉਂਦਾ ਰਹਿਣ ਕਰਕੇ ਇਸ ਨੂੰ ਐਸਾ ਕੁਸੰਗ ਵਿਆਪ ਗਿਆ ਸੀ ਕਿ ਇਸ ਨੇ ਆਪਣੇ ਕੇਸ ਕਟਾ ਲਏ ਸਨ ਔਰ ਸਾਰੇ ਸੰਸਕਾਰ ਇਸ ਦੇ ਨਿਰੇ ਸਾਕਤਾਂ ਵਾਲੇ ਹੀ ਸਨ। ਮੁਕੱਦਮਾ ਸਾਜ਼ਿਸ਼ ਲਾਹੌਰ ਦੇ ਪਹਿਲੇ ਕੇਸ ਵਿੱਚ ਇਹ ਭਗੌੜਾ ਹੋ ਗਿਆ ਸੀ, ਪਿੱਛੋਂ ਫੜਿਆ ਗਿਆ ਸੀ ਅਤੇ ਤੀਜੇ ਕੇਸ ਵਿੱਚ ਉਮਰ ਕੈਦ ਹੋ ਕੇ ਸਾਡੇ ਪਾਸ ਹਜ਼ਾਰੀ ਬਾਗ ਜੇਲ੍ਹ ਵਿੱਚ ਹੀ ਆ ਗਿਆ ਸੀ। ਪਰ ਇਸ ਨੂੰ ਹੰਜੀਰਾਂ ਦੀ ਛੂਤ ਬਿਮਾਰੀ ਹੋਣ ਕਰਕੇ ਜੇਲ੍ਹ ਅੰਦਰਲੇ ਹਸਪਤਾਲ ਵਿੱਚ ਹੀ ਵੱਖਰਾ ਰੱਖਦੇ ਸਨ। ਉਂਝ ਅਸੀਂ ਵੀ ਸਾਰੇ ਵੱਖੋ ਵੱਖਰੀਆਂ ਕੋਠੜੀਆਂ ਵਿੱਚ ਤਾੜੇ ਹੋਏ ਸਾਂ, ਪਰ ਇਹ ਕੇਹਰ ਸਿੰਘ ਅਸਾਥੇ ਘਣੀ ਦੂਰ ਹਸਪਤਾਲ ਦੇ ਵਾਰਡ ਵਿੱਚ ਬੰਦ ਸੀ, ਜਿਸ ਦੇ ਨੇੜੇ ਕਿਸੇ ਨੂੰ ਨਹੀਂ ਸਨ ਢੁੱਕਣ ਦਿੰਦੇ। ਉੱਥੇ ਆ ਕੇ ਮਹੀਨਿਆਂ ਬੱਧੀ ਸਖ਼ਤ ਬਿਮਾਰ ਪਿਆ ਰਿਹਾ ਅਤੇ 6 ਮਹੀਨੇ ਤਾਂ ਬੜਾ ਹੀ ਔਖਾ ਰਿਹਾ। ਇਸ ਦੇ ਸੰਬੰਧੀਆਂ ਰਿਸ਼ਤੇਦਾਰਾਂ ਵਿੱਚੋਂ ਕੋਈ ਇਸ ਦੀ ਮੁਲਾਕਾਤ ਨੂੰ ਵੀ ਨਾ ਆਇਆ। ਜਦੋਂ ਇਸ ਦੀ ਹਾਲਤ ਜੇਲ੍ਹ ਵਾਲਿਆਂ ਨੇ ਬੜੀ ਹੀ ਨਾਜ਼ੁਕ ਦੇਖੀ ਅਤੇ ਜਦੋਂ ਉਹਨਾਂ ਨੂੰ ਪ੍ਰਤੀਤ ਹੋ ਗਿਆ ਕਿ ਇਹ ਹੁਣ ਚਲਾਣਿਆਂ ਉੱਤੇ ਪਿਆ ਹੈ, ਤਾਂ ਉਹਨਾਂ ਨੇ ਕੇਹਰ ਸਿੰਘ ਨੂੰ ਪੁੱਛਿਆ ਕਿ ਦੱਸੋ, ਜਿਸ ਨਾਲ ਮੁਲਾਕਾਤ ਕਰਨੀ ਹੈ ਉਸ ਨੂੰ ਬੁਲਾ ਲਈਏ। ਤਾਂ ਉਸਨੇ ਅੱਖੀਆਂ ਵਿੱਚ ਨੀਰ ਭਰ ਕੇ ਉੱਤਰ ਦਿੱਤਾ, ਮੇਰਾ ਇਸ ਜਗਤ ਵਿੱਚ ਕੌਣ ਹੈ, ਅਰਥਾਤ ਕੋਈ ਨਹੀਂ। ਓੜਕ ਵਾਰੰਬਾਰ ਪੁੱਛਣ 'ਤੇ, ਜ਼ੋਰ ਦੇਣ 'ਤੇ ਕੇਹਰ ਸਿੰਘ ਨੇ ਆਖਿਆ, ਬਚਨ ਦੇਵੋ ਤਾਂ ਮੈਂ ਦੱਸ ਦਿੰਦਾ ਹਾਂ, ਜਿਸ ਨਾਲ ਮੈਂ ਮੁਲਾਕਾਤ ਕਰਨੀ ਚਾਹੁੰਦਾ ਹਾਂ ਉਸ ਨੂੰ ਜ਼ਰੂਰ ਮਿਲਾ ਦਿਓਗੇ ਤਾਂ ਮੈਂ ਦੱਸਦਾ ਹਾਂ, ਨਹੀਂ ਤਾਂ ਨਾ ਸਹੀ। ਗੋਰੇ ਸੁਪਰਟੈਂਡੈਂਟ ਜੇਲ੍ਹ ਨੇ, ਜੋ ਮੈਡੀਕਲ ਆਫਿਸਰ ਹੋਣ ਦੀ ਹੈਸੀਅਤ ਵਿੱਚ ਉਸ ਦਾ ਇਲਾਜ ਵੀ ਬੜੇ ਗੌਰ ਨਾਲ ਕਰਦਾ ਰਿਹਾ ਸੀ, ਬਚਨ ਦੇ ਦਿੱਤਾ ਕਿ ਦੱਸੋ ਕਿਸ ਨਾਲ ਮੁਲਾਕਾਤ ਕਰਨੀ ਚਾਹੁੰਦੇ ਹੋ, ਮੈਂ ਕਰਾ ਦੇਵਾਂਗਾ। ਇਸ ਪਰ ਕੇਹਰ ਸਿੰਘ ਨੇ ਮੰਗ ਕੀਤੀ ਕਿ ਮੇਰੇ ਸਾਥੀ ਪੋਲੀਟੀਕਲ ਕੈਦੀਆਂ ਵਿੱਚੋਂ ਭਾਈ ਰਣਧੀਰ ਸਿੰਘ ਨਾਮੇ ਜੋ ਸੱਜਣ ਹਨ ਉਹਨਾਂ ਨਾਲ ਮੈਂ ਮੁਲਾਕਾਤ ਕਰਨੀ ਚਾਹੁੰਦਾ ਹਾਂ ਅਤੇ ਨਾਲੇ 4 ਹੋਰ ਸੱਜਣਾਂ ਨਾਲ ਮੁਲਾਕਾਤ ਕਰਾ ਦਿਓ। ਉਹ ਸੱਜਣ ਭਾਈ ਕਰਤਾਰ ਸਿੰਘ ਚੰਦ ਨਿਵਾਸੀ, ਭਾਈ ਮੁਨਸ਼ਾ ਸਿੰਘ ਦੁਖੀ ਅਤੇ 2 ਹੋਰ ਕੋਈ ਹੋਣ, ਹੋਰ ਕਿਸੇ ਨਾਲ ਨਹੀਂ। ਅਤੇ ਜ਼ਰੂਰੀ ਇਉਂ ਮਿਲਣਾ ਹੈ ਕਿ ਮੈਂ ਉਹਨਾਂ ਦੇ ਪਾਸ ਆਪਣੇ ਗੁਨਾਹਾਂ ਦਾ ਕਫਾਰਾ ਕਰਾਉਣ ਲਈ ਪਸ਼ਚਾਤਾਪ ਕਰਕੇ ਪ੍ਰਾਸ਼ਚਿਤ ਕਰਾਉਣਾ ਹੈ, ਜਿਵੇਂ ਤੂੰ ਸਾਡੇ ਪਾਦਰੀ ਕਰਾਇਆ ਕਰਦੇ ਹਨ। ਇਸ ਕਰਕੇ ਮੈਂ ਉਹਨਾਂ ਨਾਲ ਮੁਲਾਕਾਤ ਕਰਨੀ ਚਾਹੁੰਦਾ ਹਾਂ ਅਤੇ ਗੱਲਬਾਤ ਪ੍ਰਾਈਵੇਟ ਹੋਵੇ। ਉਹਨਾਂ ਤੋਂ ਬਿਨਾਂ ਹੋਰ ਮੇਰੇ ਪਾਸ ਕੋਈ ਨਾ ਹੋਵੇ, ਨਾ ਹੀ ਤੂੰ ਮੇਰੇ ਪਾਸ ਹੋਵੇ। ਸੁਪਰਟੈਂਡੈਂਟ ਨੇ ਉਸਨੂੰ ਉੱਤਰ ਦਿੱਤਾ ਕਿ ਇਹ ਸਭ ਕੁਝ ਤਾਂ ਹੋ ਜਾਵੇਗਾ, ਪਰ ਬੜੀ ਮੁਸ਼ਕਲ ਤਾਂ ਇਹ ਹੈ ਕਿ ਭਾਈ ਰਣਧੀਰ ਸਿੰਘ ਨਾਲ ਮੁਲਾਕਾਤ ਕਿਵੇਂ ਕਰਾਵਾਂ। ਬਿਹਾਰ, ਉੜੀਸਾ ਦੀ ਗਵਰਨਮੈਂਟ ਅਤੇ ਖਾਸ ਕਰਕੇ ਪੰਜਾਬ ਗਵਰਨਮੈਂਟ ਦਾ ਸਖ਼ਤ ਹੁਕਮ ਹੈ ਕਿ ਸਿੱਖ ਪੋਲੀਟੀਕਲ ਕੈਦੀਆਂ ਨੂੰ ਪਰਸਪਰ ਇੱਕ ਦੂਜੇ ਨਾਲ ਮਿਲਣ ਨਾ ਦੇਵੋ। ਸਭੋ ਅੱਡੋ ਅੱਡੀ ਆਪੋ ਆਪਣੀਆਂ ਕਾਲ ਕੋਠੜੀਆਂ ਵਿੱਚ ਤੜੇ ਰਹਿਣ। ਖਾਸ ਕਰਕੇ ਭਾਈ ਰਣਧੀਰ ਸਿੰਘ ਬਾਰੇ ਤਾਂ ਬਹੁਤ ਹੀ ਸਖ਼ਤ ਆਰਡਰ ਹੈ ਕਿ ਇਸ ਪਾਸ ਜੇਲ੍ਹ ਦੇ ਕਿਸੇ ਬੰਦੇ ਬਸ਼ਰ ਨੂੰ ਨੇੜੇ ਨਾ ਆਉਣ ਦੇਵੋ। ਦੂਜੇ ਪੰਜਾਬ ਦੇ ਸਿੱਖ ਪੋਲੀਟੀਕਲ ਕੈਦੀ, ਇਹਨਾਂ ਵਿੱਚੋਂ ਤਾਂ ਕੋਈ ਵੀ ਉਸ ਦੇ ਪਾਸ ਨਹੀਂ ਜਾ ਸਕਦਾ, ਨਾ ਹੀ ਉਹ ਕਿਸੇ ਪਾਸ ਲਿਆਇਆ ਜਾ ਸਕਦਾ ਹੈ। ਇਸ ਪਰ ਕੇਹਰ ਸਿੰਘ ਨੇ ਕਿਹਾ ਕਿ ਚੰਗਾ, ਆਪਣਾ ਦਿੱਤਾ ਹੋਇਆ ਬਚਨ ਵਾਪਸ ਲੈ ਲਵੋ। ਗੋਰੇ ਸੁਪਰਟੈਂਡੈਂਟ ਨੇ ਆਖਿਆ ਕਿ ਬਚਨ ਤਾਂ ਮੈਂ ਵਾਪਸ ਨਹੀਂ ਲੈਂਦਾ, ਜ਼ਰੂਰੀ ਪੂਰਾ ਕਰੂੰਗਾ, ਪਰ ਇਸ ਸ਼ਰਤ 'ਤੇ ਪੂਰਾ ਕਰੂੰਗਾ ਕਿ ਤੂੰ ਕਿਸੇ ਨੂੰ ਨਾ ਦੱਸੀ ਕਿ ਇਹ ਮੁਲਾਕਾਤ ਕਰਾਈ ਗਈ ਹੈ। ਮੈਂ ਸਭ ਤੋਂ ਬੇਖਬਰੇ ਹੀ ਬਿਨਾਂ ਕਿਸੇ ਨੂੰ ਦੱਸੇ ਦੇ ਆਪ ਦੇ ਪਾਸ ਲੈ ਆਉਂਦਾ ਹਾਂ। ਉਹਨਾਂ ਦੀ ਆਥਣ ਦੀ ਪ੍ਰੇਅਰ ਰਹਿਰਾਸ ਦੇ ਪਾਠ ਪਿੱਛੋਂ ਮੈਂ ਚੁੱਪਕੇ ਹੀ ਰਣਧੀਰ ਸਿੰਘ ਨੂੰ ਉਸ ਦੀ ਕੋਠੀ ਵਿੱਚੋਂ ਕੱਢ ਕੇ ਆਪ ਦੇ ਪਾਸ ਲੈ ਆਵਾਂਗਾ। ਉਸ ਵਕਤ ਹੋਰ ਕੋਈ ਜੇਲ੍ਹ ਮੁਲਾਜ਼ਮ ਵੀ ਨਹੀਂ ਦੇਖਦਾ ਹੋਵੇਗਾ।
दूजी सूरत यह भी है कि भाई रणधीर सिंह भी किसी नूं इह गल ना दसण दा वादा करेगा तां उसनूं लियावांगा, नहीं तां बड़ी मजबूरी है। इतनी गल केहर सिंह नाल करके सुपरटेंडेंट गोरा उसदे पासों चलिया आया। रहराज साहिब दे पाठ पिछों मेरे पास चुप कीता ही आया, मेरी कोठी दे जंगले दे बाहर खड़ा हो गया। मैनू गुड ईवनिंग कह के पुछण लगा कि तू अपने साथी केहर सिंह नाल मुलाकात करनी चाहुंदा है जो हस्पताल विच बीमार है। मैं उत्तर विच उसनू आख्या कि मैनू की चाहिदा है, दो नैण, मैं तां अगे ही उसनू मिलना चाहुंदा हाँ कि तीन दिन तो उसकी वायरलैस मैनू पहुँच रही है, वह मिलने लई बहुत बेताब हो रहा है। ये आपका बड़ा उपकार होगा जो मैनू उसके नाल मुलाकात करा देवोगे। सुपरटेंडेंट बड़ा ही हैरान होया जदों उसने वायरलैस वाली गल सुनी। मैं आख्या, हैरान क्यों हुंदे हो, यह तो मामूली गल है। कहन लगा कि दूजी हैरान करन वाली गल मेरे तजर्बे विच आई है कि सिख परस्पर दिलां दिलां अंदर ही वायरलैस चला लैंदे हन। यह गल है भी काबले यकीन कि तैनू जरूर उसकी वायरलैस पुजी होनी है जो तिना दिनों तो वह तैनू बड़ा ही याद कर रहा है। रात तो खास तौर पर ही तेरी बाबत उस नाल गलबात हुई है, इस करके मैं आया हाँ कि तैनू उसके पास हूँ लै चला, पर इस शर्ते कि तू बचन देवें कि इस मुलाकात की खबर तेरी जबानों तेरे मूहों किसी पास नहीं निकलेगी। अपनी सारी मुश्किल उसने मेरे पास दसी अते आख्या कि मैं अपनी ऑकवर्ड पोजीशन तेरे ते छड़दा हाँ। मैं उसकी तसली करवाई कि निशा खातर रखो, गल बाहर नहीं निकलेगी। गुरसिख तो बाहर गल ना निकले हुक्मी बंदे कार करारी दे असूल दे कायल हुंदे हन। चलो फिर लै चलो, पर पहला मैनू दस लवो कि वह पहली गल केड़ी है जिसने तैनू इतना हैरान कर छड़िया होया है। सुपरटेंडेंट ने खोल के सारी गल सुनाई कि केहर सिंह 6 महीने तो सख्त बीमार है, हुण तां उसकी बड़ी ही खतरनाक हालत है। उसके कोल जांदिआं भी भय लगता है, कई दिनों तो उसदियां अखियां चों नीर चलता रहिंदा है अते कई बार उसका सारा शरीर कंबण लग जाता है। एक दिन मैं जदों उसके पास गया तो बड़ी भयानक कंबणी कंब रहा सी, नाले उपर छत वल नूं देख देख के घिघियांदा सी। उस दियां डरावणियां अखियां चों यह गल साफ पढ़ी जाती सी कि कोई भयानक चीज़ देख रहा है। मेरे पुछण ते उसने कहा कि मैनू कई दिनों तो एक बड़ी ही बद शकल डरा रही है। उसने स्पष्ट आख्या कि मैं हुण ताईं सारी उम्र भूतां प्रेतां जिन्ना जमदूतां दे बड़ा सख्त बरखिलाफ रहा हाँ, ऐ पर मैनू हुण कायल होना पिया है। ओ देखो, सामने मैनू एक प्रेत डरा रहा है अते रोज़ डराउंदा है। मैं उसकी हालत देख के उसकी कही हुई उपरोक्त गल उत्ते यकीन किते बिना रह ना सकिया। इतने नू छत वल तकड़ा खड़का होया जो मैनू दिसिया नहीं, पर मैं कन्नी सुनिया जोर दा खड़ाक। पर जदों मैं केहर सिंह वल देखिया तो उसने मेरियां अखां चों ही प्रश्न पछाण लिता। मैनू पुछिया, खड़ाक सुनिया? मैं आख्या हाँ, पर देखिया कुछ नहीं। उसने मैनू दसिया कि प्रेत रोज़ जाण लग्या इउं खड़ाक करदा है, हुणे उह गया है, मैनू जांदा दिसिया जैसा कि हर रोज़ ही आउंदा जांदा दींदा है। सुपरटेंडेंट ने फिर जिक्र किया कि चाहे मैं अपने अखियों प्रेत नहीं देखिया, पर मैनू हुण पक्का यकीन है कि वह जरूर कोई भूत प्रेत देखता है अते वह भूत उसनू आके डराउंदा है। यह है वह गल जिहड़ी मैनू पहला ही बथेरा हैरान कर रही सी, हुण तां दूजी हैरानी वाली गल आख दित्ती। मुकदी गल इउं गल्लां करदा करवाउंदा सुपरटेंडेंट मैनू कोठड़ी चों कढ के हस्पताल केहर सिंह पास लै गया। जदों असी उसदे कमरे विच जाके वड़े तां केहर सिंह ठंडा साह भर के बोलिया, हा आराम आ गया। सुपरटेंडेंट ने पुछया, किस गल दा आराम आ गया? तां केहर सिंह ने कहा, भाई साहिब दे कमरे विच दाखल हुंदियां ही वह प्रेत भयभीत हो के भज गया है ते मैनू डरावनी कंबणी आउणी हट गई है ते आराम आ गया है, इस करके मेरे मूहों आप मुहारे ये फिकरा निकल गया, हाँ आराम आ गया। गल की सुपरटेंडेंट मैनू इकल्ले नू उसदे पास छड़ के चलिया गया। ये आख के कि तुसी परस्पर हाल प्यार दियां गल्लां करो, मैं अद्धे घंटे पिछों फिर आ के तैनू छड़ आवांगा, अद्धे घंटे की मुलाकात की इजाजत दिंदा हाँ। उसदे जाण दी देर सी कि केहर सिंह बिल बुला के रोया, बड़ा ही रोया, कमज़ोर बड़ा होया पिया सी, शरीर तां करंग ही बनिया होया सी,
अखां बाहर निकलियां हुईयां सन। मंजे तो उठ तां नहीं सकदा सी। मैं उसके पास ही कुर्सी ते बैठ गया अते उसनू आख्या कि रोवो ना, अपने मन की बिरथा दसो, रोण नाल तो सानू बहुत तकलीफ हुंदी है। वह बोल भी मसा ही सकदा सी। सप्त पताल की बाणी वाली उसकी आवाज़ उसके मुँह निकलती सी, जो पास होके कन ला के सुनी जाती सी। उसने कि गया के आख्या, मैनू पापी नू बख्श लवो अते बख्शा दिओ गुरु साहिब पासों, मैं बड़ा पापी हाँ। मैं आप दे पास अपने अंदरले पापा की बिरथा दसदा हाँ अते प्रासचित कराउण लई पश्चाताप आप दे पेश करदा हाँ। मैं उसनू हल्लाशेरी दित्ती कि निसंग खोल के दसो, हुण संकोचण दा वेला नहीं। फिर उसने हौली हौली अटकवीं ते थिथल दी जबान तो अपनी पाप कहानी वर्णन करनी आरंभी। किहर सिंह ने कहा कि पहला पाप तो मेरा यह है कि मैं कुसंग करके गुरसिखी तो पतित हो चुका हाँ। जदों का मैं इत्थे हजारी बाग जेल में आया हाँ, मैं केस तो धारण कर ले हन, पर मैनू अपना पाप उत्ते तनखा बख्शाउण दा अवसर मिलता दिसदा नहीं। मैं प्राणा ते पिया हाँ, तो साढ़े बख्शाउण तो बख्शा जा सकता हाँ, होर मेरे विच कोई ताकत नहीं। दूजे, मैं अपने सारे कमाते भयानक पाप आप दे पास दस के अपनी हिक हौली करना चाहता हाँ। उन्हां पापां विच्चों सब तो वड्डा बज्जर पाप ये मैथों होया, जो सारे दुखां दा मूल है। जरा कन दे के सुनना जी, आपनू पता होना है कि फलाने साल फलानी फलानी तरीक नू साडे पिंड साहने वाल एक पोलीटिकल डाका पिया सी। मैं हुंगारा भरिया कहा, मैं सुनिया सी। किहर सिंह ने फिर बयान करना शुरू किया, जी भाई साहब, वो डाका मैं ही पवाया सी, मेरी तरगीब नाल ही पिया सी। साढ़े पिंड साहने वाल दा एक शाहूकार मालदार खत्री सी, जो इस डाके विच जानो मारिया जाना आपने सुनिया होना है जदों आप बाहर सी। मैं आख्या, हाँ एक गल भी सुनी सी कि साहने वाल एक शाहूकार इस डाके विच जानो मारिया गया। किहर सिंह ने बड़े तस्लीम कुन लहजे विच आख्या कि उस शाहूकार दा खून मेरे सिर ते ही है। वह इस तरह कि जदों असा सारिया पोलीटिकल डाकेबाजा ने सारे उसके मकान उत्ते चार चुफेरे भरिया बंदूकों के पहरे ला दिते अते नाकियां उत्ते बंबा वाले खड़े कर दिते, फिर शाहूकार दियां मुश्कां कस लईयां अते लगे उसनू तसीहे देण। मतलब तसीहे देण दा ए सी कि सानू माल रखिया दसे अते खजाने दियां कुंजियां सपुरद कर देवे। ए शाहूकार बड़ा ही मालदार ते नकदी वाला सी, पर उस ढीठ ने इक्को ना ही फड़ लई, कुछ ना दसे। मैं फिर ये तजवीज़ दसी अपने साथी डाकुआं नू कि ये इउं नहीं दसदा, इस दे गले दी कंडी उत्ते छुरी रखो, फिर दसेगा। छुरी रखी गई, पर वह फिर भी कुछ ना दसे। मैं आख्या, छुरी फेरो इस दी कंडी ते। छुरी फेरी गई, पर वह अजे भी ना दसे। मैं होर डूंगी छुरी गले ते फेरन लई वंगारन कीता, पर उसने इक्को चुप वट लई, मरना मांड लिया पर धन हथों ना जान देण दी मत लई। इउं मुड़ मुड़ के छुरी फेरदियां फिरौंदियां उसकी जान निकल गई अते आनन फानन ही कतल हो गया, जो मेरे पैरों होया। केस कतल ते डाके दा साढ़े ते चल पिया, हाथ भी कुछ ना आया। मैं इत्थे आपनू एक गल प्रगट कीते बिना नहीं रह सकदा कि साडा काज क्यों फेल होया। बड़ा उपकार भरिया पवित्र काज सी, जिसने कदे फेल नहीं सी होना। फेल सिर्फ इस करके होया कि मेरे वर्गे पापी पुरश इस मूवमेंट विच शामिल हो गए सन अते एहो जेहे उपद्रव पोलीटिकल डाकियां विच इक्कड़ दुक्कड़ नहीं कई हो गए होणगे। पर मैनू होरां दी की पई, मैनू तां अपने किते दी पई हुई है। वह जिहड़ी छुरी उस शाहूकार दे गले ते फिरी सी, जिसने कि उसकी ओड़क जान कढ लई, उही छुरी हुण मेरे गल ते भी फिरेगी। अपने अमलां दा हिसाब जरूर हथों हथी देना पैंदा है। कई इत्थे दे दिंदे हन, कई अगे जा के, कई दोहीं थाहीं इत्थे उत्थे दिंदे हन। मैनू हंजीरां दी बीमारी ऐसी लाहक होई है कि मेरे गले उत्ते लख लख छुरी फिर रही है। लख लख छुरियां दे डंगां वाला असह दर्द मेरी गर्दन ते हो रहा है। ऐसियां पीड़ां पैंदियां हन कि दिन रात तड़फौंदियां हन, ना जान निकलदी मुकदी है, ना एक खिन मात्र भी भयंकर तकलीफ हटदी है। उपरों सब तो बड़ी तकलीफ हुण कुछ दिनों तो यह भयानक शकल दिखला रही है कि उही शाहूकार जिस दे गले उत्ते मैं छुरी फिरवाई सी, बिकराल प्रेत दी शकल विच मेरे सामने खड़ा मैनू डराउंदा रहिंदा है, जिस तो मेरियां डाढ़ां निकल जांदियां हन। हुणे आप दे आउण करके उह नस्या है,
हुण ताईं मुड़ नहीं आया, नहीं तां 5-5 मिनट पिछों मैनूं आ के डराउंदा है। मैनूं पक्क प्रतीत हो गई है कि भजन दे प्रताप नाल ਉਹ ਆਉਣ ਤੇ ਡਰਾਉਣ ਤੋਂ ਪਰੇ ਭੱਜ ਗਿਆ ਹੈ। ਆਪ ਗੁਰੂ ਕੇ ਭਜਨੀਕ ਪੁਰਸ਼ੋ, ਮੈਨੂੰ ਤਾਂ ਪਹਿਲਾਂ ਹੀ ਭਾਰੀ ਯਕੀਨ ਸੀ, ਪਰ ਹੁਣ ਭਾਰੀ ਭਰੋਸਾ ਬੱਜ ਗਿਆ ਹੈ ਕਿ ਆਪ ਦੇ ਤੁਫੈਲ ਮੇਰੀ ਵੀ ਬੰਦ ਖਲਾਸੀ ਹੋ ਜਾਵੇਗੀ। ਕਿਹਰ ਸਿੰਘ ਦੀ ਇਹ ਅੱਤ ਦੁਖੀ ਦਸ਼ਾ ਦੇਖ ਕੇ ਮੈਨੂੰ ਉਸ ਦੇ ਉੱਪਰ ਬੜਾ ਤਰਸ ਆਇਆ। ਮੇਰਾ ਜੀਓ ਕਰੇ ਕਿ ਇਸ ਨੂੰ ਭਜਨ ਗੁਰਮੰਤਰ ਦੱਸ ਦੇਵਾਂ, ਪਰ ਗੁਰਮਤ ਅਸੂਲ ਦੀ ਹੁਕਮ ਅਦੂਲੀ ਹੋਣ ਜਾਣ ਦੇ ਕਾਰਨ ਦੱਸਣੋਂ ਡਰ ਆਉਂਦਾ ਸੀ। ਸਾਰੀ ਉਮਰ ਐਸਾ ਗੁਰਮਤ ਵਿਰੁੱਧ ਕੋਈ ਕੰਮ ਨਹੀਂ ਕੀਤਾ ਗਿਆ। ਮੈਨੂੰ ਇਹ ਪੱਕਾ ਯਕੀਨ ਸੀ ਕਿ ਇਸ ਵੇਲੇ ਨਾਮ ਹੀ ਇਸ ਦੀ ਸਹਾਇਤਾ ਕਰ ਸਕਦਾ ਹੈ, ਪਰ ਨਾਮ ਮਿਲੇ ਤਾਂ ਕਿਵੇਂ ਮਿਲੇ? ਪੰਜਾਂ ਪਿਆਰਿਆਂ ਦਾ ਸੰਗਮ ਸਮਾਗਮ ਜੇਲ੍ਹ ਵਿੱਚ ਵੱਜ ਨਹੀਂ ਸਕਦਾ। ਮੈਨੂੰ ਇਕੱਲੇ ਨੂੰ ਭਜਨ ਦੱਸ ਦੇਣ ਦਾ ਹੁਕਮ ਨਹੀਂ। ਓੜਕ, ਮੈਂ ਉਸਨੂੰ ਪੁੱਛਿਆ ਕਿ ਤੂੰ ਸਾਡੇ ਆਰੀਆ ਮਤ ਵਿੱਚ ਆਰੀਆ ਬਣਾਉਣ ਦੀ ਰਸਮ ਅਦਾ ਕਰਨ ਸਮੇਂ ਕੋਈ ਭਜਨ ਵੀ ਤੂੰ ਸਾਡੇ ਮਤ ਦਾ ਤਾਂ ਸਾਨੂੰ ਦੱਸਿਆ ਹੋਣਾ ਹੈ, ਉਸੇ ਹੀ ਨਾਮ ਦਾ ਭਜਨ ਕਰੋ, ਸ਼ਾਇਦ ਆਪ ਦੇ ਸੰਕਟ ਕੱਟੇ ਜਾਣ। ਮੇਰੇ ਇਤਨਾ ਕਹਿਣ ਪਰ ਉਹ ਕੁਝ ਮਿੰਟਾਂ ਲਈ ਗੁੰਮ ਹੋ ਗਿਆ ਅਤੇ ਅੱਖੀਆਂ ਮੀਚ ਲਈਆਂ। ਓੜਕ ਅੱਖਾਂ ਖੋਲੀਆਂ ਅਤੇ ਸਿਰ ਫੇਰਿਆ ਅਤੇ ਬੜੀ ਹੀ ਔਖ ਅਤੇ ਮੁਸ਼ਕਲ ਨਾਲ ਉਸਦੀ ਜ਼ਬਾਨ ਵਿੱਚੋਂ ਮਸਾਂ ਹੇ ਈਸ਼ਵਰ ਹੀ ਨਿਕਲਿਆ। ਫਿਰ ਉਹ ਰੋ ਕੇ ਦੱਸਣ ਲੱਗਿਆ ਕਿ ਮੈਂ ਖੂਬ ਅੰਤਰ ਧਿਆਨ ਹੋ ਕੇ ਦੇਖ ਲਿਆ ਅਤੇ ਯਤਨ ਪੂਰਾ ਕੀਤਾ ਕਿ ਕਿਵੇਂ ਮੇਰੇ ਮੂੰਹੋਂ ਮੈਨੂੰ ਦੱਸਿਆ ਜਾਂ ਆਪੇ ਦ੍ਰਿੜ ਹੋਇਆ ਮੰਤਰ ਨਿਕਲ ਸਕੇ। ਮੇਰੀਆਂ ਬਹੁਤ ਕੋਸ਼ਿਸ਼ਾਂ ਨਾਲ ਮਸਾਂ ਇੱਕ ਵਾਰੀ ਹੀ ਮੈਂ ਮੂੰਹੋਂ ਇਸ ਦਾ ਉਚਾਰਨ ਕਰ ਸਕਿਆ ਹਾਂ, ਪਰ ਬਸ ਹੋ ਗਈ। ਭਾਈ ਸਾਹਿਬ ਜੀ, ਇਸ ਵੇਲੇ ਜੋ ਅਤਿ ਕਠਨ ਅਤੇ ਮੁਸ਼ਕਲ ਤੋਂ ਮੁਸ਼ਕਲ ਔਕੜ ਮੇਰੇ ਦਰਪੇਸ਼ ਹੈ, ਉਹ ਇਹ ਹੈ ਕਿ ਮੇਰੇ ਮੂੰਹੋਂ ਨਾਮ ਨਹੀਂ ਨਿਕਲ ਸਕਦਾ। ਇਹ ਗੱਲ ਪੱਕ ਜਾਣੋ ਕਿ ਜਿਸਨੇ ਸਾਰੀ ਉਮਰ ਪਾਪ ਹੀ ਪਾਪ ਕਮਾਏ ਹੋਣ, ਉਸਨੂੰ ਸਭ ਤੋਂ ਬੜੀ ਸਜ਼ਾ ਇਹੋ ਹੈ ਕਿ ਉਹ ਨਾਮ ਨਾ ਜਪ ਸਕੇ। ਸੋ ਮੈਂ ਤਾਂ ਉੱਕਾ ਹੀ ਅਸਮਰੱਥ ਹਾਂ ਕੋਈ ਨਾਮ ਉਚਾਰਨੇ ਤੋਂ। ਮੈਨੂੰ ਚਾਰ ਚੁਫੇਰਿਓਂ ਗੁਰਜਾਂ ਪੈਂਦੀਆਂ ਹਨ। ਹੁਣ ਮੇਰਾ ਇੱਕੋ ਹੀ ਬਚਾਓ ਹੈ ਅਤੇ ਇਹੋ ਹੀ ਮੇਰੇ 'ਤੇ ਵੱਡਾ ਉਪਕਾਰ ਹੈ, ਉਹ ਇਹ ਹੈ ਕਿ ਮੈਂ ਪਾਪੀ ਤੋਂ ਤਾਂ ਕੁਝ ਨਹੀਂ ਹੋ ਸਕਦਾ। ਆਪ ਕਿਰਪਾ ਕਰਕੇ ਮੇਰੇ ਸਾਰੇ ਕੀਤੇ ਗੁਨਾਹਾਂ ਦਾ ਕਫਾਰਾ ਆਪਣੀ ਅਰਦਾਸ ਦੁਆਰਾ ਕਰਵਾਓ। ਮੇਰੇ ਨਿਮਿੱਤ ਇਤਨੀ ਹੀ ਅਰਦਾਸ ਕਰੋ ਕਿ ਮੇਰੀ ਜਾਨ ਹੁਣ ਮੇਰੇ ਪਿੰਜਰ ਵਿੱਚੋਂ ਨਿਕਲ ਜਾਵੇ ਅਤੇ ਮੈਂ ਇਸ ਦਾਰਨ ਦੁੱਖ ਤੋਂ ਬਚ ਜਾਵਾਂ, ਨਹੀਂ ਤਾਂ ਪਤਾ ਨਹੀਂ ਕਿਤਨੇ ਦਿਨ ਹੋਰ ਇਸੇ ਤਰ੍ਹਾਂ ਲਮਕਦਾ ਰਹਾਂਗਾ। ਤੂੰ ਸਾਡੀ ਗੁਰੂ ਘਰ ਦੀ ਅਰਦਾਸ ਹੀ ਮੈਨੂੰ ਬਚਾ ਸਕਦੀ ਹੈ ਅਤੇ ਮੇਰੀ ਸਹਾਈ ਹੋ ਸਕਦੀ ਹੈ, ਨਹੀਂ ਤਾਂ ਮੇਰਾ ਠਿਕਾਣਾ ਕੁਝ ਨਹੀਂ। ਮੈਂ ਆਪ ਨੂੰ ਆਪਣੇ ਕੀਤੇ ਕਿਲਵਿਖਾਂ ਪਾਪਾਂ ਦੇ ਹਾਲ ਨੂੰ ਖੋਲ੍ਹ ਕੇ ਦੱਸ ਚੁੱਕਾ ਹਾਂ ਅਤੇ ਪੂਰਨ ਪਸ਼ਚਾਤਾਪ ਕਰਦਾ ਹਾਂ। ਪ੍ਰਾਸ਼ਚਿਤ ਕਰਨ ਖਾਤਰ ਹੀ ਮੈਂ ਆਪ ਨੂੰ ਆਪਣੇ ਪਾਸ ਬੁਲਾਇਆ ਹੈ। ਮੈਨੂੰ ਪੱਕਾ ਯਕੀਨ ਹੈ ਕਿ ਆਪ ਹੀ ਮੈਨੂੰ ਇਸ ਦੁੱਖ ਤੋਂ ਛਡਾਓਗੇ। ਆਪ ਦੇ ਆਉਣ ਨਾਲ ਹੀ ਅੱਧੇ ਘੰਟੇ ਤੋਂ ਮੈਂ ਬੜਾ ਸੁਖੀ ਹਾਂ ਅਤੇ ਉਹ ਪ੍ਰੇਤ ਮੈਨੂੰ ਡਰਾਉਣੋਂ ਹਟ ਗਿਆ ਹੈ। ਮੇਰੀ ਨਿਮਿੱਤ ਆਪ ਅਰਦਾਸ ਕਰੋਗੇ ਤਾਂ ਮੇਰਾ ਛੁਟਕਾਰਾ ਪਾਪਾਂ ਤੋਂ ਜ਼ਰੂਰ ਹੋ ਜਾਵੇਗਾ। ਇਸ ਪ੍ਰਕਾਰ ਕਿ ਗਿਆ ਕੇ ਬੇਨਤੀਆਂ ਕਰਦੇ ਦੀਆਂ ਘੱਗਾਂ ਬੈਠ ਗਈਆਂ ਅਤੇ ਉਹ ਬੇਹੋਸ਼ ਹੋ ਗਿਆ। ਇਤਨੇ ਨੂੰ ਸੁਪਰਟੈਂਡੈਂਟ ਮੈਨੂੰ ਲੈ ਜਾਣ ਲਈ ਆ ਗਿਆ ਅਤੇ ਮੈਨੂੰ ਲੈ ਕੇ ਮੇਰੇ ਬਲਾਕ ਵਿੱਚ ਮੇਰੀ ਕੋਠੀ ਵਿੱਚ ਮੈਨੂੰ ਛੱਡ ਆਇਆ। ਮੈਂ ਆਪਣੇ ਬਲਾਕ ਵਿੱਚ ਪੁੱਜਣ ਸਾਰ ਹੀ ਸੁਪਰਟੈਂਡੈਂਟ ਦੇ ਖੜੋਤਿਆਂ ਸਭ ਨਾਲ ਦੇ ਸੱਜਣਾਂ ਨੂੰ ਪ੍ਰੇਰ ਕੇ ਬਿਨੈ ਕੀਤੀ ਕਿ ਕੇਹਰ ਸਿੰਘ ਦੀ ਨਿਮਿੱਤ ਅੱਜ ਸਾਰੀ ਰਾਤ ਸਭ ਨੇ ਸ੍ਰੀ ਸੁਖਮਨੀ ਸਾਹਿਬ ਦੇ ਜਿਤਨੇ ਵੀ ਅਖੰਡ ਪਾਠ ਹੋ ਸਕਣ ਕਰਨੇ, ਘੱਟ ਤੋਂ ਘੱਟ ਇੱਕ ਪਾਠ ਸੁਖਮਨੀ ਸਾਹਿਬ ਦਾ ਜ਼ਰੂਰ ਕਰੋ। ਸੋ ਸਾਰੇ ਹੀ ਜੁੱਟ ਗਏ, ਮੈਂ ਵੀ ਅੰਦਰ ਪੁੱਜ ਕੇ ਜੁੱਟ ਗਿਆ ਅਤੇ ਅਰਦਾਸ ਬੇਨਤੀਆਂ ਕੀਤੀਆਂ ਗਈਆਂ। ਅਗਲੇ ਦਿਨ ਉਸ ਦੀ ਹਾਲਤ ਦੇਖ ਕੇ ਉਸ ਨਾਲ ਸਾਰੇ ਸਿੱਖਾਂ ਦੀ ਹੀ ਮੁਲਾਕਾਤ ਕਰਾ ਦਿੱਤੀ। ਇਸ ਤੋਂ ਅਗਲੇ ਦਿਨ ਕੇਹਰ ਸਿੰਘ ਅਕਾਲ ਚਲਾਣਾ ਕਰ ਗਿਆ। ਸੂਰਜ ਚੜ੍ਹਦੇ ਹੀ ਸੁਪਰਟੈਂਡੈਂਟ ਮੇਰੇ ਪਾਸ ਨਸਾ ਆਇਆ ਅਤੇ ਆਉਂਦਾ ਹੀ ਦੱਸਣ ਲੱਗਾ ਕਿ ਬੜਾ ਮੁਆਜ਼ਜ਼ਾ ਹੋਇਆ ਆਪ ਦੀ ਮੁਲਾਕਾਤ ਦਾ। ਕੇਹਰ ਸਿੰਘ ਉਸ ਤੋਂ ਬਾਅਦ ਆਰਾਮ ਵਿੱਚ ਪਿਆ ਰਿਹਾ, ਉਸਨੂੰ ਕੋਈ ਤਕਲੀਫ ਨਹੀਂ ਹੋਈ, ਨਾ ਹੀ ਉਸਨੂੰ ਫਿਰ ਪ੍ਰੇਤ ਨੇ ਤੰਗ ਕੀਤਾ। ਤੰਗ ਕੀ, ਉਹ ਮੁੜ ਕੇ ਉਸਨੂੰ ਡਰਾਉਣ ਆਇਆ ਹੀ ਨਹੀਂ। ਇਹ ਗੱਲ ਉੱਥੋਂ ਦੇ ਪਹਿਰੇਦਾਰ ਆਪਣੀ ਜ਼ਬਾਨੀ ਤਸਦੀਕ ਕਰਦੇ ਹਨ ਅਤੇ ਦਿਨ ਚੜ੍ਹਦੇ ਨੂੰ ਉਹ ਪ੍ਰਾਣ ਤਿਆਗ ਗਿਆ। ਇਹ ਗੱਲ ਦੱਸ ਕੇ ਸੁਪਰਟੈਂਡੈਂਟ ਚੱਲਦਾ ਲੱਗਾ। ਅਸੀਂ ਸਾਰਿਆਂ ਨੇ ਉਸਦੇ ਚਲਾਣੇ ਨਿਮਿੱਤ ਅੰਦਰ ਬੈਠਿਆਂ ਨੇ ਫਿਰ ਅਰਦਾਸ ਕੀਤੀ। ਇਉਂ ਕੇਹਰ ਸਿੰਘ ਦਾ ਬਿਰਤਾਂਤ ਹੈ ਅਤੇ ਜਮਤਰਾਸ ਦੀ ਗਵਾਹੀ ਅੱਖੀਂ ਦੇਖੀ ਪ੍ਰਤੱਖ ਹੈ। ਇਹਨਾਂ ਦੋਹਾਂ ਉੱਪਰਲੀਆਂ ਉਦਾਹਰਨਾਂ ਦੇ ਸਾਹਮਣੇ ਜੰਮਦੀ ਹੋਣ ਤੋਂ ਮੁਨਕਰ ਹੋਣ ਦੀ ਉੱਕੀ ਹੀ ਗੁੰਜਾਇਸ਼ ਨਹੀਂ ਰਹਿ ਸਕਦੀ। ਜਿਸ ਨੂੰ ਅਜੇ ਵੀ ਸ਼ੰਕਾ ਹੋਵੇ ਤਾਂ ਉਸਦੀ ਕਿਸਮਤ ਮਾੜੀ, ਕਿਉਂਕਿ ਭਰੋਸੇਹੀਣ ਸ਼ੰਕਾ ਕਰਨ ਵਾਲਿਆਂ ਹੁਜਤੀਆਂ ਦਾ ਇਲਾਜ ਹੀ ਕੋਈ ਨਹੀਂ। ਇਹ ਗੱਲ ਬਿਲਕੁਲ ਸੱਚ ਹੈ ਕਿ ਹਰ ਗੁਣ ਗਾਉਣ ਹਾਰਿਆਂ ਦੇ
शब्द बाणी ध्यान हारियां दे ना जम नेड़े आउंदा है ना कोई दुख दर्द तिन्हां नूं सताउंदा है। यथा गुरुवाक दुख दर्द जम नेड़ ना आवै कहो नानक जो हर गुण गावै। वाहिगुरु जी का खालसा वाहिगुरु जी की फतेह।